ਭਾਈ ਆਣ ਕੇ ਟੀਵੀ ਵੇਖਣ ਲੱਗ ਪਿਆ। ਕੋ ਆਪਣਾ ਹਾਲ ਵਾਲ ਸੁਣਾ, ਤੇਰਾ ਠੀਕ ਆ? ਹਾਲ ਮੇਰਾ ਠੀਕ ਆ। ਮੇਰੇ ਚ ਪਹਿਲਾਂ ਕਿਹੜਾ ਬੱਸ ਵੱਜੀ ਸੀ ਮੁੰਡਾ, ਵੱਜੇ ਤੇ ਫੇਰ ਤੂੰ ਇੱਥੇ ਆਉਣਾ, ਫੇਰ ਇੱਥੇ ਆਉਣਾ। ਤੈਨੂੰ ਕੀ ਪਤਾ, ਤੂੰ ਤੇ ਆਪਣੀ ਇੱਥੇ ਆਪਣਾ ਲੱਗਾ ਦੇਣਾ ਵਾ, ਘਰਾਂ ਚ ਕੀ ਹਾਲਾਤ ਹੋਏ ਪੈਣ ਨੇ। ਤੇਰੀ ਭਰਜਾਈ ਨਾ ਕਦੋਂ ਕੱਢਦਾ ਭਾਈ ਅੱਜ ਮੈਨੂੰ, ਤੇ ਚੰਗਾ ਕੀਤਾ ਕਿਤੇ ਹੋਰ ਚਲ ਜਾਂਦਾ, ਤੈਨੂੰ ਇਹੀ ਲੱਭਾ ਸੀ ਮੇਰੇ। ਚੰਗਾ ਕੀ ਕੀਤਾ ਮੈਨੂੰ, ਕਹਿੰਦੀ ਅੱਜ ਮੈਂ ਵੇਖ ਨਹੀਂ ਕਿਹੜੀ ਮਾਂ ਕੋ ਜਾਂਦਾ। ਤੇ ਆਪਣੀ ਮਾਂ ਕੋ ਜਾ, ਮੇਰੇ ਕੋ ਕੀ ਲੈਣਾ ਆ? ਤਾਂ ਤੂੰ ਸਾਡਾ ਯਾਰ ਨਹੀਂ ਲਗੋਟੀਆ, ਬਚਪਨ ਦਾ ਯਾਰ ਅਸੀਂ, ਜੇ ਤੇ ਕੋ ਨਹੀਂ ਆਉਣਾ ਤਾਂ ਅਸੀਂ ਕਿਹ ਕੋ ਜਾਣਾ, ਮੈਨੂੰ ਇਹ ਦੱਸ। ਤੇ ਤੈਨੂੰ ਮੇਰਾ ਹੀ ਕਮਰਾ ਲੱਭਾ ਹੋਇਆ, ਤੂੰ ਮੇਰੇ ਕੋਲ ਹੀ ਆਉਣਾ? ਉਹ ਤੇਰੇ ਕੋ ਨਹੀਂ, ਉਹ ਨਦੀਮ ਛੜਾ ਤੇਰਾ ਨਾਂ ਸੀ, ਤੇਰੇ ਕੋ ਨਹੀਂ ਨਦੀਮ ਛੜੇ ਕੋ ਨਹੀਂ ਆਉਣਾ, ਤੇ ਕਿਹਦੇ ਕੋ ਜਾਣਾ? ਸਾਡਾ ਯਾਰ ਹੈ। ਤੇ ਮੈਂ ਛੜਾ ਵੀ ਨਾ ਤੁਹਾਡੀ ਵਜ੍ਹਾ ਨਾਲ ਹੀ, ਸਮਝਦਾ ਨਾ? ਤੇ ਉਹ ਸਾਡੀ ਵਜ੍ਹਾ ਨਾਲ ਕਿਉਂ ਛੜਾ ਤੂੰ ਵੀ? ਬੁੱਢੀ ਦੇ ਕੋਲੋਂ ਕੁੱਟ ਖਾ ਖੂ ਕੇ ਇੱਥੇ ਆਏ ਨੇ, ਬੁੱਢੀ ਦੀਆਂ ਆ ਕੇ ਮੁਸੀਬਤਾਂ ਦੱਸਣ ਆਪਣੇ, ਇਸ ਕਰਕੇ ਮੈਂ ਸ਼ਾਦੀ ਨਹੀਂ ਕਰਵਾਉਣਾ ਪਿਆ। ਬੜੀ ਅੱਛੀ ਗੱਲ ਹੈ, ਤੂੰ ਕਰਵਾ ਲਾ ਸ਼ਾਦੀ ਭਾਈ, ਤੂੰ ਕੋਈ ਐਸੀ ਗੱਲ ਨਹੀਂ, ਸ਼ਾਦੀ ਕਰਵਾਉਣੀ ਗੱਲਾਂ ਕਰਨ ਡਿਆ ਤੂੰ ਇੱਥੇ, ਸ਼ਾਦੀ ਤੁਸੀਂ ਮੇਰੀ ਜਾਨ ਛੱਡੋਗੇ ਤੇ ਮੈਂ ਸ਼ਾਦੀ ਕਰਾਵਾਂਗਾ। ਓਏ ਇੰਨੀਆਂ ਚਾਬੀਆਂ ਲਿਆ, ਤੂੰ ਕੋਈ ਫੈਸਲਾਬਾਦ ਦੀਆਂ ਚਾਬੀਆਂ ਦਾ? ਇਹ ਹੈਗੀਆਂ ਮੇਰੇ ਦਫ਼ਤਰ ਦੀਆਂ ਚਾਬੀਆਂ। ਕਿਹੜੀ? ਇਹ ਜਿਹੜੀ। ਅੱਛਾ, ਇਹ ਹੈਗੀ ਹੈ ਮੇਰੇ ਘਰ ਦੀ ਚਾਬੀ, ਇਹ ਦੁਕਾਨ ਦੀ ਚਾਬੀ ਹੈ, ਤੇ ਇਹ ਚਾਬੀ ਮੇਰੀ ਅਲਮਾਰੀ ਦੀ ਹੈ ਜਿਹਦੇ ਵਿੱਚ ਮੈਂ ਪੈਸੇ ਰੱਖਦਾ। ਪਰ ਮੈਂ ਤੈਨੂੰ ਕਿਉਂ ਦੱਸੀ ਜਾਣਾ, ਕਿਤੇ ਤਾਲੇ ਨਾ ਤੋੜਨੀ ਜਾ ਕੇ ਤੂੰ। ਜੇ ਅਲਮਾਰੀ ਚ ਪੈਸੇ ਰੱਖਦਾ ਹੋਵੇ ਨਾ, ਹਾਂਜੀ, ਤੇ ਮੇਰੇ ਕੋਲ ਨਾ ਆਵੇ। ਕਿਉਂ? ਇੱਥੇ ਰੋਟੀ ਮੇਰੇ ਕੋਲ ਖਾਂਦੇ ਆ ਤੇ ਗੱਲਾਂ ਵੱਡੀਆਂ ਵੱਡੀਆਂ ਕਰਕੇ ਨਿਕਲ ਜਾਂਦੇ ਆ। ਓਏ ਕੋ ਛੱਡੂ, ਓਏ ਉਹਦਾ ਨਾਂ ਨਾ ਲੈ, ਉਹਦਾ ਤੂੰ ਨਾਂ ਨਹੀਂ ਲੈਣਾ। ਕਿਉਂ ਜੀ? ਉਹਦਾ ਜਦੋਂ ਨਾਲ ਹੋ ਉਦੋਂ ਹੀ ਹਾਜ਼ਰ ਹੋ ਜਾਂਦਾ ਵਾ, ਮੈਂ ਤੁਹਾਡੀ ਦੁੱਖ ਕਮਰਾ ਛੱਡ ਕੇ ਕਿਤੇ ਹੋਰ ਚਲ ਜਾਣਾ ਵਾ। ਉਹਦਾ ਨਾਂ ਨਾ ਲੈ, ਸ਼ੈਤਾਨ ਨੇ ਵੋ ਵੀ ਵਧੀ ਉਹਦੀ, ਮੈਂ ਠੀਕ ਹੈ ਛੱਡੂ, ਉਹ ਜਿਹੜੀ ਛੱਡਦਾ ਕੋਈ ਸਾਬਦਾ ਵੀ ਨਹੀਂ ਹੈਗਾ। ਉਹ ਮੈਂ ਤੈਨੂੰ ਕੀ ਦੱਸਾਂ, ਉਹ ਕੱਲ ਰਾਤੀ ਆ ਗਿਆ। ਅੱਛਾ ਬਈ, ਸ਼ਾਮ 5 ਵਜੇ ਆਇਆ, ਸੁਬਾ 4 ਵਜੇ ਤੱਕ ਨਾ ਵੀ ਏਡੀ ਨੀ ਗੱਲਾਂ ਛੱਡੀਆਂ ਵੀ ਉਹਨੂੰ, ਬਈ ਛੱਡੀ ਜਾਵੇ। ਮੈਂ ਸਾਰੀ ਦਿਹਾੜੀ ਉਹਦੇ ਕੋਲ ਲੁਕਦਾ ਫਿਰਦਾ ਵਾ, ਉਹ ਮੈਨੂੰ ਲੱਭਦਾ ਫਿਰਦਾ ਸਾਰੀ ਦਿਹਾੜੀ। ਬਈ ਲੁਕਣ ਵਾਲੀ ਜਗ੍ਹਾ ਤੈਨੂੰ ਮੇਰੀ ਲੱਭੀ ਆ, ਲੁਕਣ ਵਾਲੀ ਜਗ੍ਹਾ ਉਹ। ਅੱਛਾ, ਉਹਦੀ ਕੋਈ ਹੋਰ ਸੁਣਦਾ ਵੀ ਨਹੀਂ ਹੈਗਾ, ਦੱਸਦਾ ਵੀ ਸਾਨੂੰ ਹੀ, ਉਹ ਛੱਡਦਾ ਵੀ ਸਾਡੇ ਕੋਲ ਹੀ ਆਣ ਕੇ ਆ। ਜਾਂ ਛੱਡਦਾ ਵੀ ਇੱਥੇ ਆਣ ਕੇ ਤੇ ਖਾਂਦਾ ਵੀ ਮੇਰੇ ਕੋਲ, ਖਾਂਦਾ ਵੀ ਇੱਥੋਂ ਹੀ। ਸਹੀ ਗੱਲ ਹੈ, ਲੇਕਿਨ ਉਹਦਾ ਨਾਂ ਨਾ ਲਈ ਹੁਣ ਤੇਰੀ ਮਿਹਰਬਾਨੀ ਆ, ਉਹ ਐਨ ਟਾਈਮ ਤੇ ਆਉਂਦਾ ਜਦੋਂ ਉਹਦਾ ਨਾਂ ਲੈਂਦੇ ਆ। ਪਤਾ ਨਹੀਂ ਤੁਸੀਂ ਸਲਾਹ ਨਾਲ ਇਕੱਠੇ ਹੀ ਹੋਣੇ ਆ। ਲਓ ਵੀ ਦੋਸਤੋ, ਲਓ ਜੀ, ਤੁਸੀਂ ਯਾਦ ਕਰੋ ਤੇ ਮੈਂ ਨਾ ਮੈਂ ਕਿੱਥੇ ਲਿਖਿਆ, ਬੜਾ ਸਿੱਧਾ ਹੋ ਗਿਆ ਪਿਆ, ਛੱਲੀ ਵਰਗੀ ਸ਼ਕਲ ਆ ਤੇਰੀ। ਅੱਛਾ ਜੀ, ਮੈਂ ਉੱਠ ਕੇ ਤੇ ਪਿਆ ਲੈ, ਉਹ ਨਾਲ ਨੂੰ ਹੋ ਕਿਤੇ ਟਰੱਕ ਲਾ ਗਏ, ਤੂੰ ਮੈਨੂੰ ਨਾਲ ਕਰੇ ਨਾ। ਓਏ ਓਏ, ਬਸ ਦਰੀ ਇਕੱਠੀ ਕੀਤੀ ਹੁੰਦੀ ਮਰੇ, ਤੂੰ ਆਪ ਵੀ ਢੋਲਾ ਵਾਲਾ ਲੱਗਣ ਡਿਆ, ਤੈਨੂੰ ਪਤਾ ਸੀ ਮਰੇ ਗੱਤੇ ਦਾ ਬੰਦਾ ਬਣਾਇਆ, ਚੁੱਪ ਕਰ ਜਾ। ਅੱਗੇ ਦਾ ਪਾ ਗਿਆ ਮੈਨੂੰ ਦੱਸ ਮਿਲ, ਹੈ ਅੱਗੇ ਦਾ ਪਾਏ, ਸੱਚੀ ਦੱਸੀ ਮੈਨੂੰ। ਆਪਣਾ ਹੀ ਆ, ਤੈਨੂੰ ਪਤਾ ਆਪਣੀ ਗੱਲ ਹੀ ਹੋਰ ਆ ਕੋਈ। ਕੀ ਕਦੀ ਜ਼ਿੰਦਗੀ ਚ ਨਾ ਸੋਚੀ ਏਡਾ ਮਹਿੰਗਾ ਕੋਟ ਤੂੰ ਪਾ ਗਿਆ ਮੈਂ। ਰੋਟੀ ਖਾਧੀ ਆ, ਹੈ ਰੋਟੀ ਖਾਧੀ, ਤੂੰ ਆਇਆ ਤੇ ਹੁਣ ਰੋਟੀ ਆ ਜਾਏਗੀ ਆਪ। ਮੈਂ ਸ਼ਕਲ ਹੀ ਨਜ਼ਰ ਆਉਣ ਡਈ ਵੀ ਤੇਰੀ ਸ਼ੋਦੇ ਵਾਲੀ, ਬਹੁਤ ਅੱਛੇ ਮੋਬਾਈਲ ਹੀ ਵੇਖੀ ਨਾ, ਕੋਈ ਘਰ ਦੇ ਹਾਲਾਤ ਵੀ ਵੇਖੇ ਮਰੇ, ਕੈਸੀ ਰਸ ਵਰਗੀ ਸ਼ਕਲ ਆ ਤੇਰੀ, ਹੈ ਡੁਬੋ ਕੇ ਖਾ ਲਈ। ਅੱਛਾ ਅੱਛਾ, ਹੋਰ ਬਾਕੀ ਨਵੀਂ ਤਾਜ਼ੀ ਸੁਣਾਓ ਤੁਸੀਂ। ਓਏ ਉੱਠ ਕੇ ਬੈਠ ਗਏ, ਡਾਂਗਾ ਖਾਧੀਆਂ ਕਿਤੇ ਮੈਨੂੰ ਦੱਸ ਬਲ ਖਾ ਗਏ। ਉਮਰੋਂ ਕੈਸੇ ਯਾਰ ਸੱਜਣਾ, ਤੁਸੀਂ ਢਿੱਠੇ ਹੋ ਕਿਤੇ ਬੈਣ ਦਿਓ ਸਹੀ ਤਰ੍ਹਾਂ, ਬਾਹਰ ਇੰਨੀ ਮਾੜੀ ਠੰਡ ਵਾ। ਉਹ ਠਹਿਰ ਜਾ, ਸਾਨੂੰ ਠੰਡ ਤੇ ਘਰ ਜਾ ਕਰੋ ਤੇ, ਮੈਨੂੰ ਤਾਂ ਦੇ ਯਾਰ ਠੰਡ, ਤੈਨੂੰ ਹੈ ਏਡਾ ਕਹਦਾ ਤੂੰ ਆ ਵੀ ਤੂੰ ਏਡਾ ਥੱਕਿਆ ਆਇਆ ਬਾਅਦ ਤੂੰ ਹੈ। ਖਬਰਾਂ ਹੀ ਵੇਖੀ ਜਾਂਦੇ, ਘਰ ਦੇ ਹਾਲਾਤ ਵੇਖੋ ਕੁਛ, ਹੈ ਭਾਈ ਜੀ ਗੱਲ ਦੱਸਾਂ ਕੀ ਆ, ਸੁਣਿਆ ਇਲੈਕਸ਼ਨ ਦਾ ਦੌਰ ਆ, ਤੈਨੂੰ ਪਤਾ ਕਿ ਖਬਰਾਂ ਲੱਗੀਆਂ ਵੇਖਣੀਆਂ ਚਾਹੀਦੀਆਂ। ਓਏ ਇਸ ਕੀ ਮਰ ਗਿਆ, ਓਏ ਮੇਰਾ ਪੈਰ ਆ ਗਿਆ ਜੀ। ਬਹੁਤ ਅੱਛੇ, ਹੱਲੇ ਕਿ ਮੈਂ ਇੰਜ ਕਰਕੇ ਉੱਤੇ ਹੀ ਇੰਜ ਕਰਕੇ ਲੱਗਾ ਹੀ ਆ, ਨਾਲ ਤਾਂ ਤੂੰ ਪਿਟਣ ਲੱਗ ਪਿਆ ਨਾਲ। ਕੀ ਇਲੈਕਸ਼ਨ ਦਾ ਦੌਰ, ਕੀ ਕਹੀ ਇਹਨਾਂ ਵੀ ਇਲੈਕਸ਼ਨ ਦਾ ਦੌਰ ਏ, ਖਬਰਾਂ ਸੁਣਨੀਆਂ ਚਾਹੀਦੀਆਂ ਨੇ। ਹਾਂਜੀ, ਹੈ ਮਜ਼ਾ ਆਉਂਦਾ ਠਹਿਰ ਤੇ ਜਾ ਇੱਕ ਮਿੰਟ, ਕਿਆ ਬੰਦਾ ਯਾਰ ਤੂੰ ਹੈ। ਉਹ ਭਾਈ ਛੱਡੂ, ਅਸੀਂ ਵੀ ਬੈਠੇ ਯਾਰ ਤੇਰੇ ਕੋਲ, ਗੱਲ ਤੇ ਪੂਰੀ ਕਰ ਮਰੇ, ਕੈਸੀ ਸਮੋਸੇ ਵਰਗੀ ਸ਼ਕਲ ਆ ਤੇਰੀ। ਗੱਲ ਕਿ ਇਲੈਕਸ਼ਨ ਦਾ ਦੌਰ ਹੈ ਹੁਣ, ਇਲੈਕਸ਼ਨ ਹੁਣੇ ਤੈਨੂੰ ਪਤਾ ਲੱਗਿਆ ਆਏ ਨੇ, ਉਹ ਖਬਰਾਂ ਚੱਲਣ ਡੀਆਂ, ਵੇਖਣੀਆਂ ਚਾਹੀਦੀਆਂ ਨੇ, ਬੜਾ ਮਜ਼ਾ ਆਉਂਦਾ ਗੱਲਾਂ ਸੁਣ ਕੇ। ਤੂੰ ਇਲੈਕਸ਼ਨ ਦੇ ਖਲਾਉਣੇ, ਇਲੈਕਸ਼ਨ ਦੇ ਖਲਾਵਾਂਗੇ ਕਿਉਂ? ਤੈਨੂੰ ਕੋਈ ਮਹੱਲੇ 'ਚ ਨਹੀਂ ਖਲਾਉਣ ਦਿੰਦਾ, ਤੂੰ ਇਲੈਕਸ਼ਨ ਦੇ ਖਲਾਉਣੇ ਆ। ਇਹਨੂੰ ਪਤਾ ਹੀ ਨਹੀਂ ਕਿ ਮਹੱਲੇ 'ਚ ਸਾਡੀ ਕਿੰਨੀ ਕੁ ਇੱਜ਼ਤ ਹੈ। ਆਹੋ, ਤੇਰੀ ਟਕੇ ਦੀ ਇੱਜ਼ਤ ਨਹੀਂ ਹੈਗੀ ਮਹੱਲੇ ਦੇ ਵਿੱਚ। ਯਾਰ ਤੂੰ ਇਸ ਗੱਲ ਨੂੰ ਛੱਡ, ਤੇ ਤੂੰ ਕਿੱਧਰ ਆਇਆ ਵਾ? ਹੈ ਮੈਂ ਆਇਆ ਕਿੱਧਰ? ਮੈਂ ਮੈਂ ਕਿਹਾ ਵੀ ਯਾਰਾ ਸੱਜਣਾ ਕੋ ਚੱਲਦੇ ਹੀ ਕਿਹੜਾ ਰੌਲਾ ਵੀ ਤੇਰੇ ਤੇਰੇ ਯਾਰ ਸੱਜਣ ਅਸੀਂ ਰਹਿ ਗਏ। ਕਿਉਂ ਤੁਸੀਂ ਮੇਰੇ ਯਾਰ ਸੱਜਣ ਨੂੰ? ਨਹੀਂ, ਪੂਰੇ ਫੈਸਲਾ ਬਾਅਦ ਤੈਨੂੰ ਕੋਈ ਜਾਣਦਾ ਨਹੀਂ ਹੈਗਾ। ਵਾਹ ਵਾਹ, ਰਾਤੀ ਮਸਲਾ ਬਣ ਗਿਆ ਉੱਥੇ ਬਾਜ਼ਾਰ ਦੇ ਵਿੱਚ ਚਾਲ ਦੇ ਉੱਤੇ। ਅੱਛਾ, ਚਾਲ ਦੇ ਮੈਂ ਤੋਂ ਘਰੋਂ ਉੱਠ ਕੇ ਗਿਆ ਤੇ। ਅੱਛਾ, ਓਏ ਹੋਏ, ਬੰਦੇ ਕਦੇ ਇੰਨੀਆਂ ਪੈ ਰਹੀਆਂ ਸੀ। ਅੱਛਾ, ਓਏ ਉਹਦੀ ਵਿਚਾਰੇ ਗਰੀਬ ਦੀ ਕੋਈ ਸੁਣੇ ਹੀ ਨਾ। ਫਿਰ ਉਹ ਕਹਿਣ ਕੋਈ ਲਿਆ ਆਪਣਾ ਕੋ ਬਟੇਰਾ। ਮੈਂ ਗਿਆ ਉਹਦੇ ਵਿੱਚ, ਉਹਨਾਂ ਨੇ ਇਧਰ ਉਧਰ ਬੰਦਿਆਂ ਨੇ ਕਿਹਾ ਵੀ ਯਾਰ ਚਲੋ ਅਮਦਾਦ ਨੂੰ ਬੁਲਾਉਂਦੇ ਆ। ਅੱਛਾ, ਮੈਂ ਗਿਆ ਵਿੱਚ ਜਾ ਕੇ ਵੇਖਿਆ ਤੇ ਵਿਚਾਰੇ ਨੂੰ ਉਹਨਾਂ ਨੇ ਕੁੱਕੜ ਬਣਾਇਆ ਹੋਇਆ, ਉਹਦੇ ਪਈਆਂ ਹੀ ਬੜੀਆਂ।
ਠੀਕ ਹੈ ਨਾ, ਨਾਲ ਦੀਆਂ ਦੁਕਾਨਾਂ ਦੇ ਉੱਥੇ ਉਹਨਾਂ ਦਾ ਮੁਲਾਜ਼ਮ ਹੈਗਾ ਵਾ। ਅੱਛਾ, ਤੇ ਤੁਸੀਂ ਇਹਨੂੰ ਮਾਰੋ ਨਾ ਯਾਰ, ਜਾਣਦੇ ਹੋ ਯਾਰ, ਉਹਨਾਂ ਨੇ ਮਾਰ ਲੈਣਾ ਕੋਈ ਯਾਰ, ਕੋਈ ਬੰਦਾ ਅੱਛਾ ਬੰਦਾ ਮੌਜੂਦਾ ਆਦਮੀ ਹੈ ਸਾਨੂੰ ਕਹਿ ਰਿਹਾ ਵਾ, ਉਹ ਸਲਾਮ ਦੁਆ ਵੀ ਆਪਣੀ ਹੈਗੀ ਜੀ। ਅੱਛਾ, ਸਾਰਾ ਰੌਲਾ ਨਿਬੜ ਗਿਆ ਤੇਰੇ ਕਹਿਣ ਤੇ ਛੱਡ ਦਿੱਤਾ ਉਹਨਾਂ ਨੇ। ਓਏ ਆਹੋ, ਤੈਨੂੰ ਪਤਾ ਆਪਣਾ ਸਾਰੇ ਮਸਲੇ ਮਸਾਇਲ ਵੱਡੇ ਪੰਚਾਇਤਾਂ 'ਚ ਬਹਿਣ ਵਾਲੇ ਬੰਦੇ ਆਪਾਂ, ਪਤਾ ਕਿ ਕੋਈ ਧਾਰਨੀ ਕਿਸੇ ਨੂੰ ਛੱਡਦਾ ਹੈਗਾ, ਤੇਰੇ ਕਹਿੰਦੇ ਬੰਦਾ ਹੀ ਛੱਡ ਦਿੱਤਾ। ਕੌਣ ਪੰਚਾਇਤਾਂ 'ਚ ਤੁਸੀਂ ਬਹਿੰਦੇ ਭਾਜੀ? ਹਾਂਜੀ, ਤੁਹਾਨੂੰ ਪਤਾ ਹੀ ਹੈ ਯਾਰ, ਮਾਫ ਕਰ ਦੇ, ਵੈਸੇ ਤੁਹਾਨੂੰ ਕੋਈ ਕੋਲ ਬਿਠਾਉਂਦਾ ਹੈਗਾ, ਤੁਸੀਂ ਕਹਿੰਦੇ ਪੰਚਾਇਤਾਂ 'ਚ ਬਹਿਣ ਜਾਂਦੇ। ਆਪਸ ਚ ਬਹਿਸ ਪਾਈ ਹੈ, ਬੰਦੇ ਨੂੰ ਪੁੱਛਦੇ ਨੀ ਆਏ ਜਾਏ ਬੰਦੇ ਨੂੰ ਵੀ ਕੋਈ ਖਾਣਾ ਪੀਣਾ ਵਾ ਜਾਂ ਨਹੀਂ ਹੈ। ਮੈਂ ਮਸਰੂਫ ਆਦਮੀ ਤੁਹਾਡੇ ਕੋਲ ਉੱਠ ਗਿਆ ਨਾ, ਤੁਸੀਂ ਤੇ ਵਿਹਲੇ ਨਿਕੰਮੇ ਹੋ, ਤੁਹਾਨੂੰ ਕੰਮ ਹੀ ਕੋਈ ਨੀ ਹੈਗਾ। ਤਿੰਨ ਦਿਨ ਬਾਅਦ ਬੰਦਾ ਪੁੱਛਦਾ ਦੱਸਦਾ ਚੰਗਾ ਲੱਗਦਾ, ਤੂੰ ਤੇ ਹਰ ਘੰਟੇ ਬਾਅਦ ਇੱਥੇ ਡਿੱਗਦਾ ਵਾ। ਨਾਲੇ ਕੁਛ ਖਾਣਾ ਹੋਵੇ ਨਾ ਤੇ ਤੁਸੀਂ ਬਾਹਰੋਂ ਆਏ ਜੇ, ਆਉਂਦੇ ਹੋਏ ਫੜ ਕੇ ਲਿਆਉਣਾ ਸੀ ਆਪਣੇ ਲਈ, ਮਰ ਲੈਣਾ ਸੀ, ਕਿਤੋਂ ਲਿਆਉਣੀ ਸੀ ਸਰ? ਫੇਟੇ ਮੂੰਹ ਤੇਰੇ ਏਡੇ ਕੱਦ ਦਾ ਹੈ ਭਈਆ, ਰਾਤੀ ਮੈਨੂੰ, ਮੈਂ ਤੁਹਾਨੂੰ ਹੁਣ ਦੱਸਣਾ, ਦੱਸੀ ਵੀ ਰਾਤੀ ਮੇਰੇ ਨਾਲ ਮਸਲਾ ਕੀ ਬਣਿਆ। ਚੱਲ ਨਾ ਦੱਸ, ਤੂੰ ਰਹਿਣ ਦਿਖਾਇਆ ਕੋਈ ਅਮੈਰੀਕਾ ਚ ਰਾਤੀ ਕੋਲ ਆਈ ਉੱਥੇ ਦੇ ਸਦਰ ਦੀ? ਆਹੋ, ਉਹਨਾਂ ਨੇ ਕਿਹਾ ਸਾਡਾ ਗੱਟਰ ਫਸਿਆ, ਕੱਢ ਜਾ ਆ ਕੇ ਭੇਜ ਦੇ ਕੰਮ ਲੈਣੇ। ਇੰਨੀ ਗੱਲ ਦੀ ਤੁਹਾਨੂੰ ਸੈਂਸ ਹੋਵੇ ਨਾ, ਤੁਸੀਂ ਮੇਰੀ ਕਦਰ ਕਰੋ ਵੀ ਯਾਰ, ਬੰਦਾ ਕਿਹੜਾ ਸਾਡੇ ਕੋਲ ਚੱਲ ਕੇ ਆਉਂਦਾ ਵਾ। ਸਦਰ ਮੈਨੂੰ ਕਹਿੰਦਾ ਵੀ ਯਾਰ, ਸਾਡੇ ਨਾਲ ਮਸਲਾ ਬਣਿਆ ਪਿਆ ਵਾ, ਇਹ ਮੋਦੀ ਦਾ ਨੰਬਰ ਆ, ਮੋਦੀ ਨਾਲ ਗੱਲ ਕਰ। ਮੋਦੀ ਨਾਲ? ਹਾਂਜੀ, ਤੂੰ ਗੱਲ ਕਰ। ਉਹ ਫਿਰ ਮੈਂ ਗੱਲ ਕੀਤੀ, ਮੈਂ ਕਿਹਾ ਪੁੱਛਿਆ ਹਾਂਜੀ ਭਾਈ ਕੀ ਰੌਲਾ ਤੁਹਾਡਾ? ਕਹਿੰਦਾ ਯਾਰ ਮੈਂ ਇਲੈਕਸ਼ਨ ਦੇ ਖਲੋਤਾ, ਮੇਰਾ ਇਹ ਭਾਈ ਨੂੰ ਕਹੋ ਜ਼ਰਾ ਸਾਥ ਦੇਵੇ। ਮੈਂ ਕਿਹਾ ਯਾਰ ਤੂੰ ਆਪਣੀ ਸਾਈਡ ਤੇ ਖਲੋਤਾ ਜਾਂ ਆਪਣੀ ਸਾਈਡ ਤੇ ਖਲੋਤਾ? ਅੱਛਾ, ਤੇ ਕੋਈ ਗੱਲ ਨੀ, ਮੈਂ ਤੁਹਾਡਾ ਮਸਲਾ ਹੱਲ ਕਰਾ ਦੇਣਾ ਮੇਰਾ ਵੀਰ ਨਾ, ਤੁਸੀਂ ਰਲ ਮਿਲ ਕੇ ਕਰ ਲਓ, ਪਹਿਲੇ ਤੂੰ ਇੱਧਰ ਆ ਕੇ ਇਹਨੂੰ ਜਿਤਾ ਨਾ, ਠੀਕ ਹੈ, ਫਿਰ ਉਹ ਤੇਰੇ ਕੋਲ ਆ ਜਾਏਗਾ। ਉਹਨਾਂ ਦੋਨਾਂ ਸਦਰਾਂ ਦੀ ਜੇਨ ਚ ਆ ਗਈ ਵੀ ਯਾਰ ਬੰਦਾ ਗੱਲ ਨਾ, ਅਮਦਾਦ ਭਾਈ ਗੱਲ ਸਹੀ ਕਰ ਰਹੇ ਨੇ। ਅਮਦਾਦ ਭਾਈ ਤੂੰ ਮੇਰੀ ਗੱਲ ਨੂੰ ਫਾਲੋ ਕਰ ਗਏ ਤੇ ਹੁਣ ਅੱਲਾ ਖੈਰ ਕਰੇ, ਦੇਖੋ ਕੌਣ ਜਿੱਤਦਾ ਜੀ, ਪਹਿਲੇ ਅਮਰੀਕਾ ਵਾਲਾ ਇਲੈਕਸ਼ਨ ਤੇ ਸ਼ੁਰੂ ਹੋ ਗਿਆ ਨਾ। ਅਮਦਾਦ ਭਾਈ ਛੱਡੂ ਛੱਡੂ, ਮੇਰੀ ਗੱਲ ਮੈਂ ਤੇਰੇ ਇੱਧਰੋਂ ਛੱਡੂ, ਓਏ ਮੇਰੀ ਗੱਲ ਸੁਣ, ਅਮਰੀਕਾ ਦੇ ਸਦਰ ਨਾਲ ਤੇਰੀ ਗੱਲ ਹੋ ਗਈ? ਓਏ ਇੰਨੇ ਵੱਡੇ, ਉਹ ਤੈਨੂੰ ਤੇ ਘਰ ਦਾ ਫੋਨ ਕੋਈ ਨਹੀਂ ਕਰਦਾ ਹੈਗਾ। ਆਪਣੀਆਂ ਚਵਲਾਂ ਵੱਢੀ ਜਾਣ ਦਿਓ, ਤੂੰ ਚੁੱਪ ਕਰੇਗਾ, ਤੂੰ ਤੇ ਚੁੱਪ ਹੀ ਨੀ ਕਰਨ ਡਿਆ। ਟਰੰਕ ਦੀ ਗੱਲ ਸੁਣ ਲਓ, ਸਦਰ ਦੇ ਟਰੰਕ ਨੀ, ਉਹਦਾ ਨਾਂ ਭਰਾਵਾ ਕੀ ਟਰੰਪ, ਤੇਰਾ ਟਰੰਪ ਹੋਏਗਾ, ਮੈਂ ਉਹਨੂੰ ਟਰੰਕ ਹੀ ਕਹਿੰਦਾ ਵਾ, ਮੈਂ ਉਹਨੂੰ ਟਰੰਕ ਨਾ ਨਾ ਕਵਾਂ, ਤਾਂ ਮੇਰੇ ਨਾਲ ਰੁੱਸ ਕਹਿੰਦਾ, ਦੋ ਦੋ ਦਿਨ ਰੋਟੀ ਨਹੀਂ ਖਾਂਦਾ। ਤੂੰ ਉਹਨੂੰ ਟੰਕ ਕਹਿ ਜਾਂ ਟਰੰਪ ਕਹਿ, ਅਸੀਂ ਕਿਹੜਾ ਵਿੱਚ ਕੱਪੜੇ ਰੱਖਣੇ ਆ, ਤੂੰ ਕਦੀ ਜਾ ਚੁੱਕਾ ਤੇਰਾ ਦਿਲ ਕਰਦਾ। ਕੈਸੀ ਨੁੱਕਰ ਵਰਗੀ ਤੇਰੀ ਸ਼ਕਲ ਆ, ਇਹਨੂੰ ਤਾਂ ਬਰੇ ਕਰ ਲਿਆ, ਤੈਨੂੰ ਪਤਾ ਹੀ ਨਹੀਂ ਬੰਦਿਆਂ ਕੇ ਬੰਦਿਆਂ 'ਚ ਬਹਿਣਾ ਕਿੱਦਾਂ ਵਾ। ਉਹ ਤੈਨੂੰ ਬੜਾ ਪਤਾ, ਤੂੰ ਉਹਨੂੰ ਨਾ ਪੈਂਦਾ ਵਾ ਸਰੀਨਾ ਹੋਟਲ ਨਹੀਂ? ਆਹੋ, ਕੀ ਹੋਇਆ ਉਹਨੂੰ ਜਿਹੜਾ ਇਸਲਾਮਾਬਾਦ ਬਣਿਆ ਹੈਗਾ, ਉਹਦੀ ਸਫਾਈ ਵੀ ਤੂੰ ਕਰਦਾ? ਛੋਟੇ ਗਰੀਬ ਆਦਮੀ ਹੋ ਨਾ, ਤੁਹਾਡੀ ਸੋਚ ਵੀ ਸਫਾਈਆਂ ਸਫਾਈਆਂ ਤੱਕ ਆਉਂਦੀ। ਪੈਸੇ ਧੇਲੇ ਵਾਲਾ ਜ਼ੇਨ ਹੋਵੇ ਨਾ, ਵੱਡਾ ਜ਼ੇਨ ਹੀ ਵੱਡਾ ਰੱਖ ਲਓ, ਤੁਹਾਡੇ ਕੋਲ ਇੰਨਾ ਪੈਸਾ ਸ਼ੋਰ ਨਹੀਂ ਨਾ ਹੈਗਾ, ਤੇ ਤੁਸੀਂ ਆਪਣੇ ਖਿਆਲੋ ਖਿਆਲ ਹੀ ਵੱਡੇ ਰੱਖ ਲਓ ਵੀ ਯਾਰ ਵੱਡੇ ਮਸਲੇ, ਐਰੋਪਲੇਨ 'ਚ ਅਸੀਂ ਕਿੱਦਾਂ ਜਾਣਾ, ਜਹਾਜ਼ 'ਚ ਕਿੱਦਾਂ ਬਹਿਣਾ, ਠੀਕ ਹੈ, ਸਮੁੰਦਰ 'ਚ ਬਹਿਰੀ ਜਹਾਜ਼ 'ਚ ਕਿਹੜੀ, ਖਿਆਲ ਹੀ ਨਹੀਂ ਰੱਖ, ਜੇਬੀ 'ਚ ਪੈਸੇ ਵੀ ਰੱਖੀ ਤੇ ਜਾਣ ਲੱਗਾ ਕਿਰਾਇਆ ਸਾਡੇ ਕੋਲ ਲੈ ਕੇ ਜਾਂਦਾ ਤੂੰ। ਕੁਛ ਵੀ ਨੀ, ਮੈਂ ਤੁਹਾਨੂੰ ਚੈੱਕ ਕਰ ਰਿਹਾ, ਤੁਸੀਂ ਚੌਕਸ ਹੋ? ਯਾਰ ਬੜਾ ਦੂਰ, ਕੈਸੀ ਗੱਲ ਯਾਦ ਨਹੀਂ, ਤੁਸੀਂ ਤਾਂ ਸਿਆਣੇ ਬਹਿਣੇ, ਅੱਗੇ ਨੂੰ ਕੀ ਲੈਣਗੇ? ਸਿਆਣੇ ਬਹਿਣੇ ਅਸੀਂ ਕੀ ਗੱਲ, ਸਿਆਣੇ ਇੱਥੇ ਖਲੋਤਾ ਨਜ਼ਰ ਨੀ ਆਉਣੇ, ਮੈਂ ਇੱਥੇ ਹੀ, ਮੈਂ ਤਾਂ ਤੁਹਾਨੂੰ ਚੈੱਕ ਕਰ ਰਿਹਾ, ਹੁਣ ਤੁਸੀਂ ਇੰਨੀਆਂ ਗੱਲਾਂ ਕਰਨ ਡੇ ਪੁਰਾਵੇ ਦੀਆਂ, ਤੂੰ ਹੀ ਸੁਣ, ਮੈਂ ਤੇ ਕੱਲ ਰਾਤ ਦੀਆਂ ਸੁਣ ਸੁਣ ਕੇ ਥੱਕਿਆ ਪਿਆ ਹਾਂ। ਉਹ ਮੇਰੀਆਂ ਚਾਬੀਆਂ ਫੜਾ, ਮੈਂ ਵੀ ਜਾਵਾਂ, ਇਹਨੇ ਹੜਾ ਮਾਲਸ਼ੀਆਂ ਦਾ ਕੰਮ ਕਰਦਾ, ਇੰਨਾ ਥੱਕਿਆ ਤੈਨੂੰ, ਗੱਲ ਤਾਂ ਸੁਣ ਲਓ, ਸਰੀਨਾ ਦੀ ਮੈਂ ਤੁਹਾਨੂੰ ਦੱਸ ਰਿਹਾ ਗੱਲ ਯਾਰ, ਸਰੀਨਾ ਦੀ ਰਹਿੰਦੀ ਆ ਉਹ ਭਰਾਵਾ, ਉਹ ਤੈਨੂੰ ਖੁਦਾ ਦਾ ਨਾ ਆਇਓ, ਕੋਈ ਗੱਲ ਕਰਨ ਵਾਲੀ ਕਰ, ਬੰਦਿਆਂ ਵਾਲਾ ਕੰਮ ਕਰ ਕੋਈ, ਹੁਣ ਜਾਗ ਤੂੰ ਬੜਾ ਨੂੰ ਯਾਦ ਕਰਦੇ ਸੋਨੂੰ ਨੂੰ ਸਰੀਨਾ ਦੀ ਗੱਲ, ਉਹ ਮੈਂ ਯਾਦ ਹੀ ਨੂੰ ਇਸ ਤੋਂ ਕਰਦਾ ਸੀਗਾ ਕਿ ਚੱਲ ਆਉਣ ਕੀ ਆਦਮੀ, ਹੁਣ ਏਡੀ ਵੱਡੀ ਦੇਖਣਾ ਸਦਰ ਟਰੰਪ ਨਾਲ ਗੱਲਾਂ ਕਰੀ ਜਾਣ ਡਿਆ, ਕੈਸੀ ਗੱਲ ਦੀ ਸ਼ਕਲ ਤਾਂ ਵੇਖ। ਅੱਛਾ ਯਾਰ, ਸਰੀਨਾ ਦਾ ਬੜਾ ਮਸਲਾ ਬਣਿਆ ਪਿਆ ਯਾਰ, ਏਡਾ ਸੀਰੀਅਸ ਹੋ ਗਿਆ ਕਿ ਸਰੀਨਾ ਖਰੀਦ, ਯਕੀਨ ਕਰ ਯਾਰ ਤੁਸੀਂ ਨਾ ਗੱਲ ਹੱਸੀ ਜੀ ਵੀਰੇ ਪਾਈ ਆ। ਅੱਛਾ ਦੇਖੋ ਨਾ, ਉੱਥੇ ਕੱਲ ਮੀਡੀਆ ਇਕੱਠਾ ਹੋ ਗਿਆ ਯਾਰ, ਮੀਡੀਆ ਇਕੱਠਾ ਹੋ ਗਿਆ, ਤੂੰ ਚੱਲ ਸੁਣ ਤੇ ਲੈ ਯਾਰ ਗੱਲ ਤੇ ਭਰਾਵਾ ਪੂਰੀ ਸੁਣ, ਤੈਨੂੰ ਮੈਂ ਦੱਸਾਂ ਤੂੰ ਹੈਰਾਨ ਹੋ ਜਾਈਂ, ਬਾਤ ਸੁਣ ਲੈ, ਸੁਣ ਲੈ ਰਹਿੰਦੀ, ਸੁਣ ਲੈ ਦੀ ਆ ਉਹ ਗੱਲ, ਨਦੀਮ ਤੇਰੇ ਸਮਝ 'ਚ ਨਹੀਂ ਆਉਂਦੀ ਗੱਲ ਯਾਰ, ਸਰੀਨਾ ਦਾ ਚੰਗਾ ਭਲਾ ਰਾਤੀ ਉੱਥੇ ਮਸਲਾ ਬਣਿਆ ਪਿਆ ਸੀ ਯਾਰ। ਕਾਹਦਾ? ਠੀਕ ਹੈ, ਉਹ ਸਾਹਮਣੇ ਨਾ ਇੱਕ ਬੰਦਾ ਨਾਨ ਟਿੱਕੀ ਲਾਉਂਦਾ ਸੀ, ਸਰੀਨਾ ਦੇ ਸਾਹਮਣੇ ਛੋਟਾ ਜਿਹਾ ਬਾਜ਼ਾਰ ਨਿਕਲਦਾ ਇੰਜ ਕਰਕੇ ਇਸਲਾਮਾਬਾਦ,
ਸੁਣ ਤਾਂ ਲੈ ਯਾਰ, ਸੁਣ ਲਾ ਤੈਨੂੰ ਮੈਂ ਕਹਿਣ ਡਿਆ, ਸੁਣ ਲਾ ਮੇਰੀ, ਤੂੰ ਗੱਲ ਤੇਰੀ ਸਮਝ ਆਉਣ ਨਹੀਂ ਦੇਈ। ਉਹਨੇ ਬਾਜ਼ਾਰ ਦੇ ਗਲੀ ਮੁਹੱਲਾ ਲਾਗੇ ਲੱਗਦਾ, ਉੱਥੇ ਉਹਨੇ ਵਿਚਾਰਾ ਰੇਹੜੀ ਲਾਉਂਦਾ ਸੀ, ਉਹ ਜਿਹੜਾ ਸਰੀਨਾ ਦਾ ਸ਼ੈਫ ਸੀ ਨਾ, ਉੱਥੇ ਨੰਗੇ ਉਹਨੇ ਕਿਹਾ ਵੀ ਯਾਰ ਰੇਹੜੀ ਲਾਉਂਦਾ। ਉਹਨੇ ਜਾ ਕੇ ਆਪਣੇ ਅਫਸਰ ਨੂੰ ਦੱਸਿਆ, ਅਫਸਰ ਨੇ ਜਾ ਕੇ ਉਹਦੀ ਧੀ ਭੈਣ ਇੱਕ ਕਰ ਦਿੱਤੀ, ਉਹਦੇ ਨਾਲ ਲੜਾਈ ਹੋ ਗਈ। ਉਹਨੇ ਮੀਡੀਆ ਇਕੱਠਾ ਕਰ ਲਿਆ ਜੀ ਸਰੀਨਾ ਦਾ, ਉਹਨਾਂ ਨੇ ਕਿਹਾ ਸਰੀਨਾ ਪੁੱਟੋ ਵੀ ਇੱਥੋਂ ਦਰਖਤ ਲੱਗੇ ਲੈ ਜਾਓ। ਬਸ ਉਹਨਾਂ ਨੇ ਮਾੜੇ ਬੰਦੇ ਦੀ ਸੁਣ ਲਈ, ਉਹਨਾਂ ਨੇ ਕਿਹਾ ਸਰੀਨਾ ਚੁੱਕੋ, ਸਰੀਨਾ ਕਿਤੇ ਹੋਰ ਜਗ੍ਹਾ ਤੇ ਪਾਓ। ਉੱਥੇ ਬੰਦੇ ਇੱਕ ਬੰਦੇ MPA ਨਾਜ਼ਮ ਸਾਰੇ ਵੱਡੀ ਨੈਬ ਨਾਮ ਦੇ ਬੰਦੇ ਇਕੱਠੇ ਹੋ ਗਏ। ਉਹਦਾ ਫੈਸਲਾ ਵੀ ਤੁਸੀਂ ਕੀਤਾ ਭਰਾਵਾ, ਉੱਥੇ ਗੱਲ ਸਮਝ ਆਵੇ ਨਾ, ਫਿਰ ਉਹ ਕਹਿੰਦੇ ਨਹੀਂ ਸਰੀਨਾ ਢੋਣਾ ਵਾ, ਬੁੱਕਲ ਵਰਗੀ ਸ਼ਕਲ ਭਾਈ, ਸਾਡਾ ਨਾ ਮਸਲਾ ਵਾ, ਸਾਡਾ ਹੋਟਲ ਸਾਰਾ ਅੱਗੇ ਪਿੱਛੇ ਕਰਨ ਦੇ ਤੇ ਮੇਰਾ ਮਾਸ਼ਾਅੱਲਾ ਅੱਛਾ ਖਾਸਾ ਕੰਮ ਹੈਗਾ। ਮੈਂ ਕਿਹਾ ਉਹ ਤਾਂ ਮੈਨੂੰ ਭੈਣ ਪਤਾ ਤੁਹਾਡਾ ਨਾਮ ਆ, ਬ੍ਰਾਂਡ ਹੈ ਇੱਕ ਮਾਸ਼ਾਅੱਲਾ ਸਾਡੇ ਪਾਕਿਸਤਾਨ 'ਚ, ਕੀ ਮਸਲਾ ਕੀ ਬਣਿਆ ਵਾ? ਉਹ ਕਹਿੰਦੇ ਯਾਰ ਮੀਡੀਆ ਇਕੱਠਾ ਹੋਇਆ, ਕਹਿੰਦੇ ਵੀ ਸਰੀਨਾ ਅਸੀਂ ਅੱਗੇ ਪਿੱਛੇ ਕਰਨਾ, ਸਾਨੂੰ ਇੱਥੇ ਨਹੀਂ ਵਾਰਾ ਖਾਂਦਾ। ਅਤੇ ਮੈਂ ਕਿਹਾ ਇਹ ਕੋਈ ਮਸਲਾ ਨਹੀਂ, ਭੈਣ ਤੁਹਾਡਾ ਹੱਲ ਕਰਾ ਦਿੰਦੇ ਹਾਂ। ਉਹ ਮੀਡੀਆ ਦੇ ਅੱਗੇ ਮੈਂ ਗਿਆ, ਉਹ ਨਾਜ਼ਮ MPA ਸਾਰੇ ਯਾਰ ਤਲਕ ਵਾਲੇ ਬੰਦੇ ਦੀ, ਮੈਂ ਉਹਨਾਂ ਨੇ ਕਿਹਾ ਭੈਣ ਜਾਣ ਦਿਓ ਤਲਕ ਵਾਲੇ ਬੰਦੇ ਦਾ ਵਾ, ਅੱਛਾ ਅਤੇ ਚੱਲਣ ਦਿਓ ਹੋਟਲ। ਉਹ ਸਾਰਾ ਹੀ ਮੀਡੀਆ ਚਲ ਗਿਆ ਉੱਥੋਂ, ਯਕੀਨ ਕਰੋ। ਫੈਸਲਾ ਪੁੱਛ ਕੀ ਹੋਇਆ ਭਲੇ? ਉਹ ਮੈਂ ਕਿਹਾ ਵੀ ਉਹ ਸ਼ਾਮੀ ਟਿੱਕੀਆਂ ਨਹੀਂ ਸੀ ਜਿਹੜਾ ਬੰਦਾ ਲਾਉਂਦਾ, ਉਹ ਮੈਂ ਕਿਹਾ ਤੂੰ ਟਿੱਕੀਆਂ ਛਿੱਕੀਆਂ ਲਾ ਯਾਰ, ਕੋਈ ਐਸੀ ਗੱਲ ਨਹੀਂ, ਜਿਹੜਾ ਕੋਈ ਸਰੀਨਾ ਦਾ ਕਸਟਮਰ ਆਵੇ ਨਾ ਉਹਨੂੰ ਵੀ ਦੇਈ ਜਾਈ, ਠੀਕ ਆ, ਅਤੇ ਇੱਥੇ ਆਪਣੇ ਕਸਟਮਰ ਨੂੰ ਵੀ ਲੰਘਦੇ ਵੜਦੇ ਨੂੰ ਦੇਈ ਜਾ, ਅੱਛਾ ਠੀਕ ਆ। ਅਤੇ ਸਰੀਨਾ ਹੁਣ ਮੈਂ ਕਿਹਾ ਤੁਸੀਂ ਜਿਹੜਾ ਬੰਦਾ ਉੱਥੋਂ ਟਿੱਕੀ ਲੈਂਦਾ ਨਾ, ਤੁਸੀਂ 20 ਰੁਪਏ ਵੱਧ ਉਹਦੇ ਕੋਲ ਲਈ ਜਾਣਾ। ਸਾਰਾ ਹੱਲ ਹੋ ਗਿਆ ਯਾਰ, ਬੜਾ ਫੈਸਲਾ ਹੱਲ ਕੀਤਾ। ਕੈਸਾ ਕੋਠੇ ਤੇ ਊਂਠ ਬੰਨਿਆ ਹੁੰਦਾ, ਕੈਸਾ ਡੱਡੂ ਟਾਈਪ ਆਦਮੀ ਹੈ। ਮੈਨੂੰ ਇਹ ਨੀ ਸਮਝ ਆਉਂਦੀ, ਠੀਕ ਹੈ ਨਾ, ਤੂੰ ਇੱਕ ਜਮਾਤ ਨੀ ਪੜ੍ਹਿਆ, ਲਫ਼ਜ਼ ਤੂੰ ਇਸ ਬੋਲ ਰਿਹਾ ਜਿਵੇਂ ਬੜਾ ਹੀ ਪੜ੍ਹਿਆ ਲਿਖਿਆ ਤੂੰ। ਓਏ ਯਾਰ ਤੁਸੀਂ, ਯਾਰ ਤੁਹਾਨੂੰ ਪਤਾ ਯਾਰ ਮੇਰੀ ਸਾਰੀ ਬਹਿਣ ਉੱਠ ਵੱਡੇ ਬੰਦਿਆਂ ਨਾਲ, ਕੀ ਵੱਡਿਆਂ ਬੰਦਿਆਂ ਕੋਲ ਮੰਗਦਾ, ਸ਼ਰਮ ਨੀ ਆਉਂਦੀ, ਹਯਾ ਨੀ ਆਉਂਦੀ, ਚਵਲਾ ਹੀ ਵੱਢਦੇ ਰਹੀ ਹੋਈ ਆ। ਸ਼ਰਮ ਸਾਨੂੰ ਨੀ ਆਉਂਦੀ ਕਿ ਤੈਨੂੰ ਨੀ ਆਉਂਦੀ? ਮੈਨੂੰ ਦੱਸ, ਕਦੀ ਤੂੰ ਸਦਰ ਟਰੰਪ ਦਾ ਨਾਂ ਲੈਣ ਡਿਆ, ਕਦੀ ਤੂੰ ਚਾਈਨਾ ਦੇ ਸਦਰ ਦਾ ਨਾਂ ਲੈਣ ਡਿਆ, ਕਦੀ ਤੈਨੂੰ ਹਯਾ ਨੀ ਆਉਂਦੀ? ਉਹ ਤੇਰੇ ਨਾਲ ਗੱਲ ਕਰਕੇ ਰਾਜੀ ਹੈਗੇ ਨੇ? ਮੈਨੂੰ ਦੱਸ ਪਹਿਲਾਂ ਤੂੰ ਹੈ ਕੈਸੀਆਂ, ਤੂੰ ਛੱਡਣ ਡਿਆ ਸਾਡੇ ਨਾਲ? ਤੂੰ ਤੇ ਘਰੋਂ ਨਿਕਲੇ ਆ ਨਾ, ਤੇਰੀ ਵਾਫੀਆ ਮੁੱਕ ਜਾਂਦੀ ਹੈ, ਤੇ ਘਰ ਜਾਣਾ ਤੇ ਤੇਰੀ ਸਲਾਮ ਦੁਆ ਸ਼ੁਰੂ ਹੋ ਜਾਂਦੀ ਹੈ। ਉਹ ਰਾਸ਼ਨ ਲੈਣਾ ਕਿਸੇ ਦੁਕਾਨ ਤੋਂ ਵੀ, ਤੇ ਏਡੀ ਮੇਰੀ ਵਾਫੀ ਦੀ ਕੱਢਣੇ, ਤੈਨੂੰ ਮੈਂ ਲੈ ਦੇਣਾ ਕਰਿਆਨੇ ਵਾਲੀ ਦੁਕਾਨ ਤੋਂ। ਸਾਨੂੰ ਮੈਂ ਵੀ ਇੱਕ ਵਾਕਿਆ ਸੁਣਾਉਣਾ ਵਾ, ਮੈਨੂੰ ਯਾਦ ਆ ਗਿਆ ਯਾਰ। ਅੱਛਾ, ਮੇਰਾ ਦਾਦਾ ਹੁੰਦਾ ਸੀ, ਹੁੰਦਾ ਸੀ, ਅੱਛਾ, ਉਹਦੇ ਫੋਤ ਹੋ ਗਿਆ ਨਾ ਯਾਰ। ਹਾਂ, ਮੇਰੇ ਦਾਦੇ ਨੇ ਸਮੁੰਦਰ ਦੇ ਵਿੱਚ ਛਾਲ ਮਾਰੀ। ਅੱਛਾ, ਤੇ 6 ਮਹੀਨੇ ਬਾਅਦ ਮੇਰਾ ਦਾਦਾ, ਅੱਛਾ, ਮੈਂ ਘਰ ਦੀ ਟੂਟੀ ਖੋਲੀ ਹੈ ਨਾ, ਤੇ ਉਹਦੇ ਵਿੱਚੋਂ ਨਿਕਲ ਰਿਹਾ। ਮੈਂ ਤੈਨੂੰ ਕੀ ਦੱਸਾਂ, ਅੱਬਾ ਮੇਰਾ ਇੰਨਾ ਕੁ ਗੁੱਸੇ ਵਾਲਾ, ਹੋਏ 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 ਹੋਏ, ਇੰਨਾ ਗੁੱਸੇ ਵਾਲਾ ਕਿ ਕੁਕੜੀ ਸਾਡੀ ਆਂਡੇ ਨਾ ਦੇਵੇ ਭਾਈ। ਅੱਬੇ ਨੂੰ ਚੜਿਆ ਗੁੱਸਾ, ਅੱਬੇ ਨੂੰ ਕੁਕੜੀ ਵਾਲਿਆਂ ਜੀ ਵੇਖਿਆ ਤੇ ਕੁਕੜੀ ਹੁਣ 6-6 ਆਂਡੇ ਦੇਣ ਡਈ। ਯਾਰ ਇਹਦੇ ਕੁਛ ਵੀ ਨੀ ਗੱਲ ਯਾਰ। ਅੱਛਾ, ਤੂੰ ਅੱਬੇ ਦੇ ਪਾਤੀ 6-6 ਹਲੇ ਰਾਤੀ ਅਸੀਂ ਨੰਗੇ ਨਾ ਜਦੋਂ ਉੱਥੇ, ਅੱਛਾ, ਫਾਰਮ ਸੀ ਕੁਕੜੀਆਂ ਵਾਲਾ, ਉੱਥੇ ਸਾਡੇ ਲੱਗ ਗਏ। ਉਹ ਵਿਚਾਰਾ ਬੜਾ ਪਰੇਸ਼ਾਨ ਡਿਸਾੜ ਫਿਰੇ, ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਆਂਡੇ ਬੜੇ ਘੱਟ ਗਏ, ਕੁਕੜੀਆਂ ਆਂਡੇ ਨੀ ਦੇ ਰਹੀਆਂ। ਅੱਛਾ, ਮੈਂ ਕਿਹਾ ਕੋਈ ਰੋਲ ਵਾਲੀ ਐਸੀ ਗੱਲ, ਮੈਂ ਜਾ ਕੇ ਨੰਗਿਆ, ਮੈਂ ਵੇਖਿਆ ਕੁਕੜੀਆਂ ਵਾਲਾ, ਕੁਕੜੀਆਂ ਨੇ ਮੈਨੂੰ ਵੇਖਿਆ, ਮੈਂ ਗਾਣਾ ਗਾਇਆ ਨੀ, ਸੋਹਣੀਆਂ ਅੱਖਾਂ ਵਾਲੀਏ, ਮੈਂ ਰਹਿ ਗਿਆ ਤੇਰੇ ਤੇ। ਅੱਛਾ, ਯਕੀਨ ਕਰੋ ਆਂਡਿਆਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਤੁਹਾਨੂੰ ਕੀ ਦੱਸਾਂ, ਵਿੱਚ ਫਾਰਮੀ ਵੀ ਦੇਸੀ ਵੀ ਆਂਡੇ ਹੋਣੇ ਸ਼ੁਰੂ। ਅੱਛਾ, ਇਹਦੇ ਗੱਲ ਕੁਛ ਨਹੀਂ ਵੀ ਮੇਰਾ ਅੱਬਾ ਵੀ ਬੜਾ ਗੁੱਸੇ ਵਾਲਾ ਬੰਦਾ। ਨਹੀਂ ਨਹੀਂ ਸਾਨੂੰ ਪਤਾ, ਬੜਾ ਗੁੱਸੇ ਵਾਲਾ ਸੀ। ਅਸੀਂ ਕੁੱਕੜ ਰੱਖਿਆ ਸੀ। ਤੁਸੀਂ ਵੀ ਰੱਖਿਆ? ਹਾਂਜੀ, ਅੱਬਾ ਮੇਰਾ ਕੁੱਕੜ ਦਾ ਬੜਾ ਸ਼ੌਕੀਨ ਹੁੰਦਾ ਸੀ। ਕਿਆ ਬਾਤ ਹੈ, ਅੱਬੇ ਨੇ ਕੁੱਕੜ ਨੂੰ ਇਹਨੇ ਘੂਰ ਕੇ ਵੇਖਿਆ। ਅੱਛਾ, ਲਓ ਵੀ ਕੁੱਕੜ ਹੁਣ ਦੋ ਦੋ ਆਂਡੇ ਦਿਹਾੜੀ 'ਚ ਦੇ ਰਿਹਾ। ਬਹੁਤ, ਅਸੀਂ ਮੁਰਗੀਆਂ ਛੱਡ ਦਿੱਤੀਆਂ ਤੇ ਕੁੱਕੜ ਕੋ ਆਂਡੇ ਲੈ ਰਹੇ ਹਾਂ। ਕੁੱਕੜ ਬੱਚੇ ਪਾਲ ਰਹੇ ਨੇ,
ਮੈਨੂੰ ਗੱਲ ਯਾਦ ਆਈ ਆ ਇਧਰੋਂ ਨਾ 15-20 ਸਾਲ ਪਿੱਛੇ 15-20 ਸਾਲ ਪਿੱਛੇ ਚਲ ਜਾਈਏ ਨਾ ਤੋ ਮਸਲਾ ਸੀ ਅਸੀਂ ਨਾ ਪੱਤੋ ਕੀ ਰਹਿੰਦੇ ਹੁੰਦੇ ਸੀ ਤੁਸੀਂ ਅਸੀਂ ਆਹੋ ਉਹਦੇ ਪਿੰਡ ਦੇ ਵਿੱਚ ਬੜਾ ਮਸਲਾ ਬਣ ਗਿਆ ਇੱਕ ਦੋ ਮੱਝਾਂ ਦਾ ਉਹਨੂੰ ਦੁੱਧ ਨਾ ਦੇਣ ਅੱਛਾ ਉਹਨਾਂ ਨੇ ਕਿਹਾ ਵੀ ਯਾਰ ਉਹਦੇ ਅਮਦਾਦ ਦੇ ਅੱਬੇ ਨੂੰ ਲਿਓ ਸਿਆਣਾ ਬਿਣਾ ਕੋਈ ਗੱਲ ਦੱਸੇਗਾ ਭਾਵ ਮਿਸ਼ਤਾਰ ਉਹਨਾਂ ਨੇ ਜੀ ਲਿਆਂਦਾ ਬਾਈ ਨੂੰ ਲੈ ਗਏ ਤੇ ਬਾਈ ਨੇ ਨਾ ਜਾ ਕੇ ਸਿਰਫ ਮੱਝਾਂ ਨੂੰ ਵੇਖਿਆ ਹੀ ਹੈ ਤੇ ਵੇਖਿਆ ਹੀ ਆ ਮੱਝਾਂ ਦੀਆਂ ਧਾਰਾਂ ਇੰਜ ਜਾਣ ਵੀ ਜਿਵੇਂ ਕੋਈ ਚੋਰੇ ਐਂ ਕਰਕੇ ਹੈ ਤੇ ਦੁੱਧ ਸਾਂਭਿਆ ਨਾ ਜਾਵੇ ਇੱਥੋਂ ਤੱਕ ਹੁਣ ਤੇ ਉਸ ਪਿੰਡ ਦੇ ਵਿੱਚ ਐਲਾਨ ਕਰਾ ਦਿੰਦੇ ਆ ਹਜ਼ਰਾਤ ਮਿਸ਼ਟਾਕ ਆ ਰਿਹਾ ਵਾ ਤੇ ਮੱਝਾਂ ਦੇ ਕੰਨ ਚ ਸਿਰਫ ਆਵਾਜ਼ ਪੈਂਦੀ ਆ ਧਾਰਾਂ ਬਾਲਟੀਆਂ ਲੁਕੀ ਇੰਜ ਅੱਗੇ ਕਰ ਦਿੰਦੇ ਅਸੀਂ ਤੇਰੀ ਗੱਲ ਨਾ ਸੁਣੀਆ ਜਿਹੜੇ ਤੂੰ ਸਾਡੇ ਕੋਲ ਝੂਠ ਬੋਲਦਾ ਵਾ ਤੇ ਅੱਲਾ ਜਾਣਦਾ ਤੇਰੀਆਂ ਨਸਾਂ ਫੜ ਜਾਣ ਬਸ ਇਹ ਤੇ ਕੁਛ ਵੀ ਨਹੀਂ ਮੈਂ ਤੈਨੂੰ ਆਪਣੇ ਅੱਬੇ ਦੀ ਗੱਲ ਸੁਣਾਉਣਾ ਯਾਰ ਚੈਨ ਛੱਡ ਉੱਪਰ ਨਹੀਂ ਨਹੀਂ ਕਿਉਂ ਛੱਡਾ ਹੈ ਅਸੀਂ ਤੇਰੀ ਨਹੀਂ ਸੁਣੀਏ ਉਹ ਤੇਰੀ 150 ਗੱਲ ਸੁਣੀ ਅਸੀਂ ਉਹ ਯਾਰ ਤੁਹਾਡੀ ਕੋਈ ਸੁਣਨ ਵਾਲੀ ਯਾਰ ਮੌਜ ਲੈਣ ਦੇ ਹੈ ਕੈਸੀ ਗੱਲ ਬਈ ਮੇਰਾ ਅੱਬਾ ਕੀ ਗੁੱਸੇ ਵਾਲਾ ਬੰਦਾ ਕੁਛ ਵੀ ਨਹੀਂ ਤੇਰਾ ਅੱਬਾ ਮੈਨੂੰ ਪਤਾ ਹੀ ਹੈ ਗਲੀ ਚ ਬੰਦਾ ਬੜਕ ਮਾਰ ਕੇ ਅੰਦਰ ਜਾ ਕੇ ਕੰਬਲ ਉੱਤੇ ਲੈ ਲੈਂਦਾ ਸੀ ਬਈ ਆ ਬੁਰਜ ਖਲੀਫਾ ਨਹੀਂ ਜਿਹੜਾ ਹੈਗਾ ਨਹੀਂ ਹੈਗਾ ਅੱਛਾ ਮੇਰਾ ਅੱਬਾ ਹੈ ਹੀ ਨਹੀਂ ਇਹੋ ਜਿਹੇ ਏਡੇ ਕਾਬਲ ਵੀ ਤੂੰ ਕਿਉਂ ਨਹੀਂ ਹੈਗਾ ਵੀ ਤੂੰ ਬੁਰਜ ਖਲੀਫੇ ਦਾ ਨਾਂ ਲੈਣੇ ਤੁਸੀਂ ਤੇ ਮੇਰੇ ਮਾਈ ਦੀ ਝੁੱਗੀ ਰਹਿੰਦੇ ਹੋ ਉੱਥੇ ਜਨਾਜ਼ਾ ਅਗਲੇ ਇੰਜ ਲਿਆਉਂਦੇ ਵੱਖੀ ਪਰ ਕੱਛਾਂ ਚ ਚੁੱਕ ਕੇ ਲਿਆਉਂਦੇ ਜਨਾਜ਼ਾ ਓਏ ਤਮੀਜ਼ ਕਰ ਚੱਲ ਮੇਰੇ ਅੱਬੇ ਦੀ ਸੁਣ ਲਾ ਮੇਰਾ ਅੱਬਾ ਠਹਿਰ ਜਾ ਯਾਰ ਤੂੰ ਸੁਣਾ ਦਾ ਬੁਰਜ ਖਲੀਫਾ ਮੇਰਾ ਅੱਬਾ ਗਿਆ ਯਾਰ ਮੇਰੀ ਨਾ ਤਬੀਅਤ ਠੀਕ ਮਤਲਬ ਵਾਸ਼ਰੂਮ ਹੋ ਗਿਆ ਅਜਾ ਮੇਰੀ ਗੱਲ ਸੁਣ ਅਸੀਂ ਤੇ 2 ਘੰਟੇ ਬੈ ਕੇ ਗੱਲਾਂ ਸੁਣੀਆਂ ਵਾ ਸਮਝਦਾ ਨਾ ਸਾਡੀ ਵੀ ਗੱਲ ਪੂਰੀ ਸੁਣ ਯਾਰ ਤੁਹਾਡੀ ਬੰਦੇ ਵਾਲੀ ਗੱਲ ਹੀ ਨਹੀਂ ਮੈਨੂੰ ਜ਼ਰਾ ਹੋ ਗਿਆ ਤੇਰੀਆਂ ਤੇ ਬੜੀਆਂ ਲੋਕੀ ਤੇ ਫੁੱਲ ਪਾਉਂਦੇ ਜਦੋਂ ਤੂੰ ਪੰਚਾਇਤਾਂ ਦੇ ਫੈਸਲੇ ਕਰਨਾ ਤੇ ਗੱਲਾਂ ਸੁਣਾ ਸੁਣੋ ਤੁਸੀਂ ਆਪ ਹੀ ਐਂ ਕਰਕੇ ਸੁਣਦੇ ਹੋ ਅਮਦਾਦ ਛੱਡੂ ਕੀ ਓਏ ਕੋਰਟ ਤੇ ਛੱਡ ਤੇਰੀ ਔਕਾਤ ਤੋਂ ਵੱਡਾ ਕੋਰਟ ਆ ਆਹੋ ਛੱਡਦੇ ਕੋਰਟ ਉਹਨੇ ਕਿਸੇ ਕੋ ਮੰਗ ਕੇ ਪਾ ਹੀ ਲਿਆ ਤੇ ਛੱਡ ਗੱਲ ਸੁਣ ਕੇ ਫੇਰ ਜਾ ਤੂੰ ਤੇਰੀ ਮੈਂ ਸੁਣ ਲੈਣਾ ਤੁਸੀਂ ਨਾ ਮੈਨੂੰ ਵਟਸਐਪ ਕਰ ਦਿਓ ਮੈਂ ਤੇਰਾ ਆਇਆ ਵਟਸਐਪ ਆਹੋ ਆ ਕੋਰਟ ਨਾਲ ਹੀ ਲੈ ਜਾ ਮੈਂ ਭਾਈ ਖਰਾਬ ਨਾ ਹੋ ਜਾ ਕਿ ਤੁਸੀਂ ਵਾਸ਼ਰੂਮ ਢੰਗ ਲਈ ਜਾ ਕਿੱਡਾ ਮਹਿੰਗਾ ਤੇ ਕਿੱਡਾ ਸੋਹਣਾ ਕੋਟ ਪਾਇਆ ਮਾਨ ਨਾ ਮਾਸਾ ਚੰਗਾ ਨਹੀਂ ਲੱਗਾ ਉੱਠ ਉਹ ਚਲੇ ਗਿਆ ਤੈਨੂੰ ਕੁੰਡੀ ਲਾ ਓਏ ਆਹੋ ਯਾਰ ਪੈਣ ਦੇ ਨਾਲ ਹੀ ਤਾਂ ਹੈ ਐਸੀ ਗੱਲ ਹੈ ਵੈਰੀ ਗੁੱਡ ਬਹੁਤ ਆ ਜਾ ਓ ਨੋ ਲਾ ਦੇ ਲਾ ਦੇ ਆ ਲੈ ਲਓ ਜੀ ਭਾਜੀ ਹੁਣ ਇੱਥੇ ਬਹਿ ਜਾ ਸ਼ੁਕਰ ਜਾਨ ਛੁੱਟੀ ਵੇ ਤੇ ਸਹੀ ਉਹਨੇ ਕੋਈ ਜਮਾਨ ਆ ਯਾਰ ਛੱਡ ਹੁਣ ਮੈਂ ਤੈਨੂੰ ਆਪਣੇ ਅੱਬੇ ਦੀ ਗੱਲ ਸੁਣਾਉਣਾ ਅੱਛਾ ਹਾਂਜੀ ਹੁਣ ਤੂੰ ਮੈਨੂੰ ਸੁਣਾਏਂਗਾ ਹਾਂ ਬੁਰਜ ਖਲੀਫਾ ਮੇਰਾ ਅੱਬਾ ਆ ਨਾ ਉੱਪਰ ਚੜ ਗਿਆ ਬੁਰਜ ਖਲੀਫਾ ਦੇ ਫੇਰ ਵੀ ਅੱਬੇ ਮੇਰੇ ਨੇ ਛਾਲ ਮਾਰੀ ਘੰਟਾ ਘਰੋਂ ਕੱਢਿਆ ਹੀ ਅੱਬੇ ਕੋਈ ਪਤਾ ਨੀ ਬਾਹਰ ਆ ਗਏ।